ਗੁਰ ਸੰਗ ਵਰਤਦਾ ਸਿੱਖ ਸਿਦਕਣਾ ਹਾਰੇ। ਪਰ ਸਿਦਕ ਦੇ ਵਿੱਚੋਂ ਪੂਰਾ ਗੁਰੂ ਕੀ ਸੰਗਤ ਕੋਈ ਵਿਰਲਾ ਮਰਦੀ ਨਿਤਰਦਾ। ਅੰਮ੍ਰਿਤਾ ਪ੍ਰੀਤਮ ਦੇ ਸਤਕਾਰ ਯੋਗ ਪਿਤਾ ਗਿਆਨੀ ਕਰਤਾਰ ਸਿੰਘ ਅਧਿਕਾਰੀ ਨੇ ਇੱਥੇ ਇੱਕ ਬੜਾ ਕਮਾਲ ਦਾ ਬਚਨ ਕੀਤਾ। ਇਹ ਵਿਦਵਾਨਾਂ ਦੇ ਸੁਣਨ ਵਾਲੀ ਗੱਲ ਏ। ਉਹ ਕਹਿੰਦੇ ਹਰੇ ਹਰੇ ਕਹਿਣਿਆਂ ਤੋਂ ਪਰੇ ਪਰੇ ਰਹਿਣਿਆਂ ਤੋਂ ਘਰੇ ਘਰੇ ਬਹਿਣਿਆਂ ਤੋਂ ਬਣੀ ਦਾ ਲੜਾਕੇ ਨਾ ਦਿਲ ਦੇ ਅੰਡਰਾਕੜਾਂ ਤੋਂ ਦੁੱਧ ਦੇ ਪਿਆਕੜਾਂ ਤੋਂ ਮੱਖਣੀ ਦੇ ਖਵਾਕੜਾਂ ਤੋਂ ਕੱਟੇ ਦਾਂਦੇ ਠਾਕੇ ਨਾ ਕਾਮੀ ਵਿਚਾਰੀਆਂ ਤੋਂ ਪੇਟ ਦੇ ਪਿਆਰੀਆਂ ਤੋਂ ਦੇਸ਼ ਦੇ ਗਦਾਰੀਆਂ ਤੋਂ ਸੁਧਰ ਦੇ ਇਲਾਕੇ ਨਾ ਅਰੇ ਕਿਰਪਾਰ ਜਾਣ ਹੀ ਲੈ ਬਿਨਾ ਇੱਕ ਖੂਹ ਦੇ ਨਖੀਲੇ ਬਿਨਾ ਤਥਾ ਮਰਦ ਜਸ਼ੀਲੇ ਬਿਨਾ ਜਿੱਤੇ ਦਾਂਦੇ ਸਾਕੇ ਨਾ ਕੌਮਾਂ ਦੀ ਜ਼ਿੰਦਗੀ ਖਾਤਰ ਕਦੇ ਮਨ ਮਾਰਨਾ ਪੈਂਦਾ ਏ ਆਜ਼ਾਦੀ ਜਿੱਤਣ ਲਈ ਕਈ ਵਾਰੀ ਹਾਰਨਾ ਪੈਂਦਾ ਏ ਇਹ ਨਖਰੋ ਆਸ਼ਕਾਂ ਦੇ ਖੂਨ ਵਿੱਚ ਤਾਰੀਆਂ ਲਾਉਂਦੀ ਏ ਉਹ ਚੌਧਰੀ ਡੱਲਿਆ ਆਜ਼ਾਦੀ ਮੁਫ਼ਤ ਨਹੀਂ ਮਿਲਦੀ ਇਹਦਾ ਮੁੱਲ ਤਾਰਨਾ ਪੈਂਦਾ ਏ ਤੂੰ ਮਰਦ ਬਣ ਕੇ ਰਹਿ ਇੱਕ ਸੂਰਮਾ ਬਣ ਕੇ ਰਹਿ ਵੇਲਾ ਆਵੇਗਾ ਤੇਰੀ ਤੇ ਤੇਰੇ ਬਹਾਦਰਾਂ ਦੀ ਵੀ ਪਰਖ ਕਰਕੇ ਵੇਖ ਲਵਾਂਗੇ ਗੁਰੂ ਮਹਾਰਾਜ ਨੇ ਚੋਜ ਰਚਾ ਦਿੱਤਾ ਸਾਂਗ ਵਰਤਾ ਦਿੱਤਾ ਦਰਬਾਰ ਲੱਗਾ ਹੋਇਆ ਏ ਲਾਹੌਰ ਤੋਂ ਇੱਕ ਸਿੱਖ ਸੱਦਿਆ ਇਤਿਹਾਸਕਾਰ ਕਹਿੰਦੇ ਨੇ ਇਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਰਾਮ ਸਿੰਘ ਆਇਆ ਏ ਇਹਨੇ ਸੱਤ ਪ੍ਰਕਾਰ ਦੀਆਂ ਧਾਤਾਂ ਢਾਲ ਕੇ ਇੱਕ ਦਨਾਲੀ ਬੰਦੂਕ ਤਿਆਰ ਕੀਤੀ ਏ ਲਓ ਜੀ ਦਨਾਲੀ ਬੰਦੂਕ ਨੂੰ ਕੀਮਤੀ ਰੁਮਾਲੇ ਵਿੱਚ ਲਪੇਟਿਆ ਲਾ ਕੇ ਮੱਥੇ ਨੂੰ ਪੜਦਾ ਪੜਦਾ ਗੁਰੂ ਦੀ ਬਾਣੀ ਕਿਉਂਕਿ ਗੁਰੂ ਜੀ ਸ਼ਸਤਰ ਭੇਟਾ ਕਰਨ ਵਾਲੇ ਦੇ ਉੱਤੇ ਬੜੀ ਰਹਿਮਤ ਕਰਦੇ ਸੀ ਮੰਜਲੋ ਮੰਜਲੀ ਤੁਰਦਾ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ ਇਹਨੇ ਰੱਖ ਕੇ ਗੁਰੂ ਕਲਗੀਧਰ ਦੇ ਚਰਨਾਂ ਦੇ ਉੱਤੇ ਬੰਦੂਕ ਤੇ ਮੱਥਾ ਟੇਕ ਕੇ ਅਰਦਾਸ ਕਰ ਦਿੱਤੀ ਮੇਰੇ ਸੱਚੇ ਪਾਤਸ਼ਾਹ ਨਿਮਾਣਾ ਸਿੱਖ ਬਣ ਕੇ ਤੇਰੇ ਚਰਨਾਂ ਦੇ ਵਿੱਚ ਭੇਟਾ ਲੈ ਕੇ ਆਇਆ ਇਹਨੂੰ ਪ੍ਰਵਾਨ ਕਰੋ ਕਲਗੀਧਰ ਜੀ ਨੇ ਬੰਦੂਕ ਉੱਪਰ ਚੱਕੀ ਇਹਨੂੰ ਉਲਟਾ ਪਲਟਾ ਕੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਐ ਮੇਰੇ ਸੱਚੇ ਪਾਤਸ਼ਾਹ ਐ ਜਾਣੀ ਜਾਣ ਸਤਿਗੁਰੂ ਜੀ ਕਿਰਪਾ ਕਰੋ ਇਹ ਤੁਹਾਡੀ ਰਹਿਮਤ ਦੇ ਨਾਲ ਹੀ ਕਾਲਾਗਰੀ ਦਾ ਨਮੂਨਾ ਤੁਹਾਡੇ ਚਰਨਾਂ ਵਿੱਚ ਭੇਟ ਕੀਤਾ ਭਰ ਕੇ ਬਲੂਦ ਇਹਨੂੰ ਕਰਕੇ ਲੋਟ ਬੰਨ ਕੇ ਸਿਰ ਤੇ ਘੋੜਾ ਨੱਪ ਕੇ ਚਲਾ ਕੇ ਵੇਖੋ ਇਹ ਪਰਖ ਵਿੱਚ ਪੂਰੀ ਉਤਰਦੀ ਹੈ ਇਹ ਗੱਲਾਂ ਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਦੀਆਂ ਆਪਦੀਆਂ ਸੀ ਰਚਿਆ ਹੋਇਆ ਜੋਜ ਪਰ ਚੌਧਰੀ ਡੱਲੇ ਦੀ ਪਰਖ ਕਰਨੀ ਸੀ ਲਓ ਜੀ ਮਹਾਰਾਜ ਨੇ ਭਰ ਲਿਆ ਬਰੂਦ ਇੱਥੇ ਹੁਣ ਕੱਚਿਆਂ ਤੇ ਪੱਕਿਆਂ ਦੀ ਗੁਰੂ ਕੀ ਸੰਗਤ ਸੱਚਾਈ ਦਾ ਜਿਹੜਾ ਨਤਾਰਾ ਮੈਦਾਨ ਵਿੱਚ ਹੋਣਾ ਏ ਭਰ ਕੇ ਬਰੂਦ ਕਰਕੇ ਬੰਦੂਕ ਨੂੰ ਲੋੜ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਜੇ ਬਣੇ ਕੁਰਸੀ ਡਾਹ ਕੇ ਡੱਲਾ ਚੌਧਰੀ ਮੁੱਛਾਂ ਨੂੰ ਵੱਟ ਚੜ ਰਿਹਾ ਸੀ ਹਜ਼ੂਰ ਕਹਿੰਦੇ ਡੱਲਿਆ ਉੱਠ ਬਈ ਬਣ ਮਰਦ ਤੂੰ ਕਹਿੰਦਾ ਸੀ ਨਾ ਕਿ ਮੇਰੇ ਕੋਲ 500 ਜਵਾਨ ਆ ਤੇ ਮੇਰੇ ਇੱਕ ਇਸ਼ਾਰੇ ਦੇ ਉੱਤੇ ਆਪਾਂ ਕੁਰਬਾਨ ਕਰ ਸਕਦੇ ਨੇ ਵੇਲਾ ਆਣ ਬਣਿਆ ਸ਼ਸਤਰ ਨੂੰ ਪਰਖ ਕੇ ਰੱਖਣਾ ਚਾਹੀਦਾ ਜਾ ਕੇ ਉਹਨਾਂ 500 ਜੰਗੀ ਜਵਾਨਾਂ ਦੇ ਵਿੱਚੋਂ ਇੱਕ ਚੌੜੀ ਛਾਤੀ ਭਰਵੇਂ ਜੁੱਸੇ ਵਾਲਾ ਜਵਾਨ ਮਰਦ ਲੈ ਕੇ ਆ ਮਹਾਰਾਜ ਕਾਹਦੇ ਵਾਸਤੇ ਹਜ਼ੂਰ ਕਹਿੰਦੇ ਸਿਸਤ ਬਣ ਕੇ ਇਹ ਬੰਦੂਕ ਦਾ ਘੋੜਾ ਨੱਪ ਕੇ ਗੋਲੀ ਉਹਦੀ ਛਾਤੀ ਵਿੱਚ ਮਾਰ ਕੇ ਵੇਖਣੀ ਹੈ ਕਿ ਘੋੜਾ ਜਿਹੜਾ ਉਹ ਛਾਤੀ ਜਿਹੜੀ ਉਹਨੂੰ ਪਾਰ ਕਰਦੀ ਹੈ ਬੰਦੂਕ ਦੀ ਗੋਲੀ ਕਿ ਨਹੀਂ ਕਿਤੇ ਮੈਦਾਨ ਵਿੱਚ ਧੋਖਾ ਨਾ ਦੇਵੇ ਜਦੋਂ ਗੱਲ ਸੁਣੀ ਤੇ ਚੌਧਰੀ ਡੱਲਾ ਵੀਰੋ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਪਰ ਮਨ ਵਿੱਚ ਚੌਧਰ ਪੁਣੇ ਦਾ ਹੰਕਾਰ ਸੀ ਜ਼ਮੀਨਾਂ ਜਾਇਦਾਦਾਂ ਧਨ ਦੌਲਤ ਕਿਹੜੀ ਗੱਲ ਦੀ ਕਮੀ ਹੈ ਜਾਵਾਂਗਾ 500 ਜਵਾਨਾਂ ਨੂੰ ਹੁਕਮ ਕਰਾਂਗਾ ਤੇ ਧਨ ਦੌਲਤ ਦੇ ਲਿਆਂਗਾ ਲਾਲਚ ਵਿੱਚ ਕੋਈ ਵੀ ਬੰਦਾ ਮੈਦਾਨ ਵਿੱਚ ਨਿਤਰਨ ਵਾਸਤੇ ਤਿਆਰ ਹੋ ਜਾਵੇਗਾ ਪਰ ਗੱਲ ਉਲਟ ਬਣ ਗਈ ਉੱਠਿਆ ਚੌਧਰੀ ਜੇ ਤੇ ਹੁੰਦਾ ਮਰਦ ਗੁਰੂ ਕਲਗੀਧਰ ਦੇ ਚਰਨਾਂ ਨਾਲ ਸੱਜਾ ਪਿਆਰ ਹੁੰਦਾ ਤੇ ਕਹਿ ਦਿੰਦਾ ਮਹਾਰਾਜ ਕਦੋਂ ਫੌਜੀ ਛਾਉਣੀ ਵਿੱਚ ਜਾਵਾਂਗਾ ਕਦੋਂ ਜਾ ਕੇ ਬੰਦਾ ਲੈ ਕੇ ਆਵਾਂਗਾ ਉਹਨੇ ਚਿਰ ਨੂੰ ਹਨੇਰਾ ਹੋ ਜਾਣਾ ਤੁਸੀਂ ਕਿਰਪਾ ਕਰੋ ਮੇਰੀ ਛਾਤੀ ਵਿੱਚ ਹੀ ਗੋਲੀ ਮਾਰ ਦਿਓ ਪਰ ਬੇ ਅਮਰਤੀਆ ਸੀ ਕੱਚਾ ਸੀ ਗੁਰੂ ਕੀ ਸੰਗਤ ਅਧੂਰਾ ਸੀ ਗੁਰੂ ਦੀ ਰਹਿਮਤ ਨਹੀਂ ਸੀ ਹੋਈ ਕਿਉਂਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਜੇ ਹੁੰਦਾ ਗੁਰੂ ਵਾਲਾ ਜੇ ਛਕੀ ਹੁੰਦੀ ਖੰਡੇ ਦੀ ਪਾਲ ਤੇ ਮੌਤ ਨੂੰ ਮਖੌਲ ਕਰਦਾ ਕੱਟੇ ਹੋਏ ਸੀਸ ਨੂੰ ਤਲੀ ਤੇ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਸੀਰ ਦਵਾ ਦਿੰਦਾ ਮਹਾਰਾਜ ਮਾਰੋ ਛਾਤੀ ਵਿੱਚ ਗੋਲੀ ਪਰ ਬੇ ਅਮਰਤੀਆ ਬੰਦਾ ਦੌਲ ਗਿਆ ਗੁਰੂ ਕੀ ਸੰਗਤ ਉੱਠ ਕੇ ਆਪਣੀ ਫੌਜੀ ਛਾਉਣੀ ਵਿੱਚ ਪਹੁੰਚਾਏ ਇਹਨੇ ਕਰ ਲਏ 500 ਜਵਾਨ ਇਕੱਠੇ ਲਓ ਜੀ ਡੱਲਾ ਸੂਰਮਿਆਂ ਨੂੰ ਕਹਿੰਦਾ ਇਹ ਤਾਂ ਮਾਣ ਨਹੀਂ ਮੇਰਾ ਰਹਿੰਦਾ ਪਾਣੀ ਸਦਾ ਨਵਾਣੀ ਵਹਿੰਦਾ ਆਵੇ ਬੰਦਾ ਦਾਨਾ ਕੋਈ ਦਸਵੇਂ ਗੁਰੂ ਪਰਖਣੀ ਰਾਈਫਲ ਆ ਕੇ ਬਣੇ ਨਿਸ਼ਾਨਾ ਕੋਈ ਜੋ ਦਿਓ ਗੁਰੂ ਬੜਾ ਸੱਚਾ ਏ ਉਹਦੀ ਗੋਲੀ ਧੁਰਦੀ ਟਿਕ ਸੱਚਖੰਡ ਦੇ ਦਰਵਾਜ਼ੇ ਤੱਕ ਬੰਦੇ ਨੂੰ ਪਹੁੰਚਾ ਦੇਵੇਗੀ ਜਿਹੜਾ ਖੁਸ਼ੀ ਨਾਲ ਪੇਸ਼ ਕਰੇਗਾ ਨਾ ਆਪਣੇ ਆਪ ਨੂੰ ਰਹੀ ਗੱਲ ਉਹਦੇ ਪਰਿਵਾਰ ਦੀ ਧਨ ਦੌਲਤ ਜਗੀਰ ਜਾਇਦਾਦ ਜਿੰਨੀ ਚਾਹੀਦੀ ਹੁਣੇ ਅਸਥਾਨ ਦੇ ਉੱਤੇ ਲਿਖ ਕੇ ਦੇਣ ਨੂੰ ਤਿਆਰ ਆ ਪਰ ਬੜੀ ਹੈਰਾਨੀ ਹੋਈ ਚੌਧਰੀ ਨੂੰ ਜਦੋਂ ਉਹਦੇ 500 ਸਿਪਾਹੀਆਂ ਨੇ ਨੀਵੀਂ ਪਾ ਕੇ ਨਾਂ ਵਿੱਚ ਸਿਰ ਫੇਰ ਦਿੱਤਾ ਬਈ ਗੱਲਾਂ ਡੱਲੇ ਵਾਲੀਆਂ ਸੁਣ ਕੇ ਲੱਗੇ ਸਭ ਦੇ ਦਿਲਾਂ ਨੂੰ ਤਣਕੇ ਲੱਗੇ ਹਿਰਨ ਵਾਂਗਣਾ ਘੁਣ ਕੇ ਕਹਿੰਦੇ ਇਹ ਨਹੀਂ ਦਰਨਾ ਜੇ ਆਖਰ ਚੌਧਰੀ ਤਾਈ ਸਿਪਾਹੀ ਨਾਮ ਬਿਨ ਆਈਓ ਮਰਨਾ ਜੀ ਚੌਧਰੀ ਜੀ ਤੇਨੇ ਆਈ ਮੁਕਤੇ ਮਰਨ ਨੂੰ ਜੀ ਨਹੀਂ ਤੇਰੇ ਕੋਲੋਂ ਤਨਖਾਹ ਲਈ ਤੇਰਾ ਲੂਣ ਖਾਦਾ ਹਰਾਮ ਨਹੀਂ ਕਰਨਾ ਚਾਹੁੰਦੇ ਅਗਰ ਤੇਰੀ ਰਿਆਸਤ ਉੱਤੇ ਕੋਈ ਗਵਾਂਢੀ
10 बॉर्डर ते जाके हस हस के कुर्बानियां कर जावांगे, तेरी रियासत दी रक्षा करदे करदे शहीद हो जावांगे, पर बिने आई मंगते मरन नूं साडे विचों कोई भी तैयार नहीं। हां एक सलाह जरूर दिंदे आ, तेरे गुरु ने गोली नहीं बंदूक की गोली परखनी है, किसी झोटे पशु पंछी के सिर उत्ते गोली मार के परख कर दे। गल बड़ी वधिया लगी चौधरी दले दे दिल नूं, कहिंदा चलो जद के गुरु नूं सलाह दिंदे आ। हुण फौजी छाउणी दे विचों दबे कदमी तुरिया आउंदा है ते सतगुरु जी तख्त उत्ते बैठे बिना बिना मुस्करा रहे ने। चौधरी दी हालत चेहरे उत्ते त्रेलियां, जिहड़ा कुछ पल पहला कहिंदा सी मेरा 500 वीर बहादुर रंगे दीआं फौजां दे छके छड़ा देंदा, नीवी पा के अज चौधरी डल्ला हारिया होया जवारी वांगू गुरु दरबार वांगू तुरिया आउंदा है। जदों नेड़े पहुंचा ना ते महाराज हस के कहिंदे चौधरी साहब 500 छपाइयां ने जवाब दे दिता। हां महाराज उन्होंने आख्या कि बिने आई मौके मरन नूं जी नहीं करदा, ते हजूर हस के कहिंदे पर तेरा सिरक ते कहवे ना बस धड़ाम करदा उत्थे ही जा डिगा, जिवें गुरु दी सच्ची मची कदे गोली हेक विच आण डिगी होवे। मौत है भरावो, इत्थे बलहार जावां बाजां वाले दे चरणां तों। मौत दा नाम सुन के रावण वर्गियां दे पसीने छुट जांदे सी, वड्डे वड्डे कुंभकर्ण वर्गियां दीआं ब्रेकां फेल हो जांदियां सी, जरासंध वर्गे मौत तों हार के तुर गए। ਦਰਸ਼ ਪੈ ਗਈ ਚੌਧਰੀ ਡੱਲੇ ਨੂੰ, ਮਹਾਰਾਜ ਨੇ ਮਾਰ ਕੇ ਅੰਮ੍ਰਿਤ ਜਲ ਦਾ ਸਟਾਇਨ ਨੂੰ ਸਰਜੀਤ ਕੀਤਾ, ਉਠਾਲ ਕੇ ਕਹਿਣ ਲੱਗੇ ਡੱਲਿਆ ਆਓ ਇੱਕ ਭਾਈ, ਜੇ ਤੇਰੇ 500 ਜਵਾਨ ਜਵਾਬ ਦੇ ਗਏ ਨੇ, ਜੇ ਤੇਰਾ ਬੇਈਮਾਨ ਮਨ ਡੋਲ ਗਿਆ, ਤੂੰ ਬੜੀਆਂ ਆਪਣੀ ਬਹਾਦਰੀ ਦੀਆਂ ਡੀਕਾਂ ਮਾਰ ਲਿਆ ਸੀ, ਅੱਜ ਤੱਕ ਤੈਨੂੰ ਉਹਨਾਂ ਬੱਬਰੇ ਅਕਾਲੀ ਸੂਰਬੀਰ ਯੋਧਿਆਂ ਦਾ ਅਸੀਂ ਦਰਸ਼ਨ ਕਰਾਉਂਦੇ ਹਾਂ, ਜਿਨ੍ਹਾਂ ਨੇ ਇੱਕ ਮੁੱਠ ਛੋਲਿਆਂ ਦੀ ਖਾ ਕੇ ਮੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਦਰਾਵੇ ਮੇਰਾ ਖਾਲਸਾ। ਜਿਹੜੇ ਕਹਿੰਦੇ ਸੀ ਬਾਜਾਂ ਵਾਲਿਆ ਮੌਤ ਜ਼ਿੰਦਗੀ ਦਾ ਕੀ ਸਵਾਲ, ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜੇ ਹੋਵਣ ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ, ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋਵਣ ਨਸਣਾ ਕਿਧਰ ਤਲਵਾਰ ਦੀ ਛਾਂ ਥੱਲਿਓ, ਜਿਹੜੇ ਪ੍ਰੇਮ ਨਾਂ ਵਿੱਚ ਖੜੇ ਹੋਵਣ ਬਈ ਪਾਲਾ ਬੰਨ ਪਿਆਰੇ ਦੇ ਥਰ ਉੱਤੇ ਧੌਣਾ ਇਉਂ ਝੁਕਾ ਕੇ ਖੜੇ ਹੋਵਣ ਅੱਗੇ ਮਹਾਰਾਜ ਕਹਿੰਦੇ ਚੱਲ ਫਿਰ ਤੈਨੂੰ ਉਹਨਾਂ ਵੀਰ ਬਹਾਦਰਾਂ ਦੇ ਦਰਸ਼ਨ ਕਰਾਈਏ। ਲਓ ਜੀ ਹਜੂਰ ਦੇ ਕੋਲ ਤੈਨੂੰ ਸਿੰਘ ਖਲੋਤਾ ਏ, ਮਹਾਰਾਜ ਨੇ ਕੀਤਾ ਇਸ਼ਾਰਾ, ਬਸ ਮੰਨ ਕੇ ਗੁਰੂ ਦਾ ਹੁਕਮ ਤੇ ਦੌੜ ਉੱਠਿਆ ਨਿਹੰਗ ਸਿੰਘਾਂ ਦੀ ਬੱਬਰ ਅਕਾਲੀਆਂ ਦੀ ਫੌਜੀ ਛਾਉਣੀ ਨੂੰ। ਦਰਬਾਰ ਲੱਗਾ ਹੋਇਆ ਏ, ਕੋਈ ਗੁਰੂ ਕਾ ਪਿਆਰਾ ਗੁਰੂ ਕੀ ਸੰਗ ਰਗੜਾ ਜਿਹੜਾ ਸੀ ਸੁਖ ਨਿਧਾਨ ਰਗੜ ਰਿਹਾ ਏ, ਕੋਈ ਘੋੜਿਆਂ ਦੇ ਮਾਲਿਸ਼ ਕਰ ਰਿਹਾ ਏ, ਕੋਈ ਚੰਡੀ ਦੀ ਵਾਰ ਪੜ ਰਿਹਾ, ਕੋਈ ਸ਼ਸਤਰਾਂ ਦੀ ਪੂਜਾ ਕਰ ਰਿਹਾ, ਕੋਈ ਦਸਤਾਰ ਸਜਾ ਰਿਹਾ। ਗੁਰੂ ਦੇ ਆਏ ਤੈਨੂੰ ਇਹ ਸਿੱਖ ਨੇ ਆਣ ਕੇ ਨਿਹੰਗ ਸਿੰਘਾਂ ਦੀ ਛਾਉਣੀ ਵਿੱਚ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰਦੇਵ ਤੇ ਤੈਨੂੰ ਇਹ ਸਿੰਘ ਨੂੰ ਨਿਹੰਗ ਸਿੰਘਾਂ ਨੇ ਛਾਉਣੀ ਵਿੱਚ ਤੱਕਿਆ, ਛੱਡ ਕੇ ਆਪਣੇ ਕਾਰੋਬਾਰ ਸਿੰਘ ਦੀ ਫਤਿਹ ਦਾ ਦਿੱਤਾ ਜਵਾਬ। ਲਓ ਜੀ ਜਦੋਂ ਹੋਈ ਫਤਿਹ ਸਾਂਝੀ, ਆ ਬਈ ਗੁਰੂ ਕਲਗੀ ਧਰਦੇ ਪਿਆਰੇ ਤੈਨੂੰ ਇਹ ਸਿਖਾ ਕੀ ਬਾਜਾਂ ਵਾਲੇ ਗੁਰਦੇਵ ਨੇ ਹੁਕਮ ਦਿੱਤਾ ਕਿ ਕੋਈ ਜਰਵਾਣਾ ਵਜ਼ੀਰ ਖਾਂ ਵਰਗਾ ਚੜ ਕੇ ਆਇਆ, ਕੋਈ ਜੰਗ ਹੋਣਾ ਹੈ? ਨਹੀਂ ਨਹੀਂ ਪਿਆਰੇ ਸਿੰਘੋ, ਜੰਗ ਨਹੀਂ ਹੋਣਾ, ਅੱਜ ਬਾਜਾਂ ਵਾਲੇ ਗੁਰਦੇਵ ਨੇ ਦੁਨੀਆ ਤੇ ਇੱਕ ਹੋਰ ਚੋਜ ਰਚਿਆ, ਹੋਰ ਕੌਤਕ ਰਚਿਆ ਏ। ਕੀ ਕੌਤਕ ਰਚਿਆ ਏ? ਉਸ ਵੇਲੇ ਉਹਨਾਂ ਨਿਹੰਗ ਸਿੰਘਾਂ ਦੀ ਛਾਉਣੀ ਵਿੱਚ ਇਹ ਸੂਰਬੀਰ ਯੋਧਾ ਪਾ ਕੇ ਗਲ ਵਿੱਚ ਪੱਲਾ, ਮੇਰੇ ਬਾਜਾਂ ਵਾਲੇ ਗੁਰਦੇਵ ਦਾ ਹੁਕਮ ਇਹਨਾਂ ਬੱਬਰ ਅਕਾਲੀਆਂ ਨੂੰ ਐਓ ਸੁਣਾ ਰਿਹਾ ਬਈ। ਲੋੜ ਪੈ ਗਈ ਗੁਰੂ ਸਾਹਿਬ ਨੂੰ